ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਲੁਧਿਆਣਾ 'ਚ ਇੱਕ ਬਜ਼ੁਰਗ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਬਜ਼ੁਰਗ ਤੇ ਪੁਲਿਸ ਨੇ ਰਲ ਕੇ ਫੰਡਿਆ। ਇਹ ਤਸਵੀਰਾਂ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ। ਇੱਥੇ ਏਟੀਐਮ 'ਚੋਂ ਪੈਨਸ਼ਨ ਕਢਵਾਉਣ ਆਏ ਬਜ਼ੁਰਗ ਦਾ 20,000 ਰੁਪਿਆ ਇਸ ਯੁਵਕ ਤੇ ਕੱਢਣ ਦਾ ਇਲਜ਼ਾਮ ਹੈ। ਇਸ ਤੋਂ ਬਾਅਦ 'ਚੋਂ ਬਜ਼ੁਰਗ ਨੇ ਰੌਲਾ ਪਾਤਾ। ਪੁਲਿਸ ਆਈ ਤਾਂ ਮੌਕੇ ਤੇ ਹੀ ਇਸ ਸ਼ਖਸ ਨੂੰ ਫੜ ਲਿਆ ਗਿਆ। ਇਸ ਦੌਰਾਨ ਪੁਲਿਸ ਤੇ ਬਜ਼ੁਰਗ ਦੋਨਾਂ ਨੇ ਰਲ ਕੇ ਇਸ ਮੁੰਡੇ ਨੂੰ ਫੰਡਿਆ। ਤੁਸੀਂ ਆਪ ਹੀ ਦੇਖੋ ਅਗਲੀਆਂ ਤਸਵੀਰਾਂ। ਨੈਤਿਕਤਾ ਦੇ ਆਧਾਰ ਤੇ ਆਪਾਂ ਇਹਨਾਂ ਤਸਵੀਰਾਂ ਨੂੰ ਧੁੰਦਲਾ ਕਰ ਦਿੱਤਾ ਹੈ। ਪੈਨਸ਼ਨ ਮੈਂ ਲੈ ਕੇ ਮੈਂ ਨੌਕਰੀ ਕੀਤੀ ਹੈ 32 ਸਾਲ ਕਾਰਪੋਰੇਸ਼ਨ 'ਚ, ਇੱਥੇ ਲੁਧਿਆਣਾ ਕਾਰਪੋਰੇਸ਼ਨ 'ਚੋਂ। ਪੈਨਸ਼ਨ ਕਢਾਈ ਸੀ ਮੈਂ 20,000 ਰੁਪਇਆ ਜੀ, ਅਤੇ 4-5 ਹਜ਼ਾਰ ਮੇਰੇ ਕੋਲ ਪਹਿਲਾਂ ਸੀਗਾ, 25,000 ਰੁਪਇਆ ਸੀਗਾ। ਅਤੇ ਆਹ ਦੇਖੋ ਮੇਰੀ ਸੋਰੀ ਜੇ ਪਾਲੀ ਉੱਥੇ ਬੈਠਾ ਸੀ ਨਾ, ਮੈਂ ਬੈਠਾ ਮੈਂ ਕਿਹਾ ਆਰਾਮ ਕਰ ਲਈਏ ਅਤੇ ਆਰਾਮ ਕਰਕੇ ਆਹੋ ਜ਼ਬਰਦਸਤੀ ਆਦੇ ਫੋਨ ਆਹੋ ਚੋਰੀ ਕਰ ਲਈ ਨਾ, ਵੇਖਾ ਮੇਰੀ ਪੈਂਟ ਪਾੜ ਕੇ ਆਹ ਫੜ ਲਿਆ ਮੁੱਕ ਜਾ ਵੇਖ ਪੁਲਿਸ ਵਾਲੇ ਆਪਣੇ। ਮੈਂ ਬਡੂਵਾਲ ਤੋਂ ਆ ਜੀ, ਬਡੂਵਾਲ ਤੋਂ ਆ, ਬਡੂਵਾਲ ਮੋਗੇ 'ਚ ਨਹੀਂ ਮਿਲੇ ਨਹੀਂ ਹਾਲੇ ਪੁਲਿਸ ਵਾਲੇ 25,000 ਰੁਪਇਆ। ਨਰਿੰਦਰ ਸਿੰਘ ਆਇਓ ਅੱਛਾ।